जलंधर शहर जिसनों के मीडिया का हब भी आख्या जाता है, इस शहर दिया सड़कों पर दौड़ दे लगभग हरेक आटो के उत्ते थोनू मुख्यमंत्री चरणजीत सिंह चन्नी के पोस्टर नज़र आते हैं, जिन्हों के लिखा साडा मुख्यमंत्री और मुख्यमंत्री चन्नी के वलों किए जा रहे दावे उकरे हुए ने, जिन्हों के दसा जा रहा कि हुण तक सरकार ने या मुख्यमंत्री चरणजीत सिंह चन्नी ने अपने हुण तक के कार्यकाल की कुछ किया। लगभग हरेक आटो के उत्ते अजिहे जिहड़े पोस्टर है अजिहे जिहड़े बैनर है वह लगे नज़र आते हैं, तो कि ये जिहड़े आटो चालक ने वाकई सरकार तो संतुष्ट ने जां सरकार दीयां कारगुजारियां नूं किस तरीके नाल वेखदे ने। इन्हां आटो चालकां दे नाल ही गलबात कर रहे हैं कि इन्हां इश्तिहारां दे पिछे दी असलियत की है। सरदार साहब आ जिहड़े पोस्टर लगे आ साडा मुख्यमंत्री, हाँ जी, किवें तुसीं आप लाए आ जां कंपनियां वाले ला के, की हैगा असलियत की इहनां पिछे? ओ भाजी साडी तां इक मजबूरी है, हाँ ना, किवें ओ मतलब इस तरह मजबूरी भी जिदा गरीब बंदे अपना टप वाटा होया सीगा, आपां तां उस करके भी चलो भी सानू एक आटो का मतलब जिहड़ा भी 2-4 हज़ार रुपया जिहड़ा खर्चा हैगा वह बच जूगा, आपां तां इस सोच करके लगवाया, तो बाकी इन्हां दी ऐड होई जा रही है, फ्री च ऐड हो जाती, हाँ जी फ्री च ऐड हो जाती है। ਦਿੱਤਾ ਵੀ ਇਹਨਾਂ ਨੇ ਪੇ ਵੀ ਕੀਤਾ ਕੁਛ? ਹਾਲੇ ਤੱਕ ਤਾਂ ਕੁਛ ਨਹੀਂ ਮਿਲਿਆ ਹੈਗਾ, ਉੱਦਾਂ ਫੋਨ ਨੰਬਰ ਲਿੱਤਾ ਹੈਗਾ ਸਭ ਕੁਛ ਲਿੱਤਾ ਪਰ ਹਾਲੇ ਤੱਕ ਤਾਂ ਕੁਛ ਨਹੀਂ ਮਿਲਿਆ। ਅੱਛਾ, ਸਰਕਾਰ ਦੇ ਕੰਮਾਂ ਨੂੰ ਕਿਵੇਂ ਵੇਖਦੇ ਹੋ ਸਰਕਾਰ, ਕਿਉਂਕਿ ਤੁਹਾਡੇ ਆਟੋਆਂ ਰਾਹੀਂ ਇਸ਼ਤਿਹਾਰਬਾਜ਼ੀ ਕਰ ਰਹੀ ਹੈ, ਦਾਅਵੇ ਕਰ ਰਹੀ ਸੀ ਆਹ ਕੰਮ ਕਰ ਦਿੱਤੇ ਲਿਖਿਆ ਕਈ ਤਰ੍ਹਾਂ ਦੇ ਦਾਅਵੇ ਕਰ ਰਹੀ ਹੈ, ਕਿਵੇਂ ਦੇਖਦੇ ਸਰਕਾਰ? ਬਾਕੀ ਸਰ ਵਾਅਦੇ ਕਰਨ ਨੂੰ ਤਾਂ ਬਹੁਤ ਕੁਛ ਹੈਗਾ, ਬਾਕੀ ਜਦੋਂ ਕਰਨਗੇ ਪੂਰਾ ਤਾਂ ਫਿਰ ਹੀ ਗੱਲ ਬਣਦੀ ਹੈ ਨਾ, ਕਹਿਣ ਨੂੰ ਮੈਂ ਕਹਿ ਦੇਵਾਂ ਕੁਛ ਵੀ ਪਰ ਜਦੋਂ ਮੈਂ ਕਰਾਂਗਾ ਤਾਂ ਫਿਰ ਹੀ ਸਭ ਕੁਛ ਹੋਊਗਾ। ਸੀ ਐਮ ਸਾਹਿਬ ਕਹਿੰਦੇ ਮੈਂ ਆਮ ਆਦਮੀ ਦਾ ਮੁੱਖ ਮੰਤਰੀ ਆਮ ਇਨਸਾਨ ਹੈ, ਮੈਂ ਵੀ ਆਟੋ ਚਲਾਉਂਦਾ ਰਿਹਾ। ਇਹ ਤਾਂ ਸਭ ਹੁਣ ਦੇਖੋ ਇਹ ਤਾਂ ਸਮਾਂ ਦੱਸੂਗਾ ਜੇ ਕਿੱਦਾਂ, ਪਰ ਜਿੰਨੀ ਦੇਰ ਕਹਿਣਾ ਅਤੇ ਕਰਨਾ ਹੋਰ ਗੱਲਾਂ ਨੇ, ਜਦੋਂ ਕਰਨਗੇ ਸਾਡੇ ਬਾਰੇ ਵੀ ਸੋਚਣਗੇ ਗਰੀਬਾਂ ਬਾਰੇ ਅਤੇ ਫਿਰ ਹੀ ਇਹ ਸਭ ਕੁਛ ਹੋਊਗਾ, ਅਤੇ ਦੇਖੋ ਬਾਕੀ। ਇਹ ਆਪ ਲਾ ਕੇ ਗਏ ਸੀ ਕੰਪਨੀ ਵਾਲੇ? ਹਾਂਜੀ ਹਾਂਜੀ, ਇਹ ਆਪ ਲਾ ਕੇ ਗਏ ਸੀ, ਬੱਸ ਸਟੈਂਡ 'ਤੇ ਸੀਗੇ, ਅਸੀਂ ਉੱਥੇ ਖੜ੍ਹੇ ਸੀ, ਉਹ ਆਪ ਲਾ ਕੇ। ਕਿੰਨੇ ਆਟੋਆਂ ਦੇ ਲੱਗੇ ਹੋਣਗੇ ਸ਼ਹਿਰ 'ਚ? ਸ਼ਹਿਰ ਦੇ ਵਿੱਚ ਤਕਰੀਬਨ 5-6 ਹਜ਼ਾਰ ਆਟੋ ਵਾਲਿਆਂ ਦੇ ਮਤਲਬ ਲੱਗ ਗਏ। ਬਾਈ ਜੀ ਮੈਂ ਕਿਹਾ ਆਟੋਆਂ ਦੇ ਉੱਤੇ ਜਿਹੜੇ ਲੱਗੇ ਆ ਪੋਸਟਰ ਸਾਡਾ ਮੁੱਖ ਮੰਤਰੀ ਸਰਕਾਰ ਦੀਆਂ ਸਕੀਮਾਂ ਜਿਹੜੀਆਂ, ਤੁਸੀਂ ਸਾਰੇ ਖੁਸ਼ ਹੋ ਤਾਂ ਲਾਇਆ ਆਟੋਆਂ ਦੇ ਉੱਤੇ ਪੋਸਟ ਬੋਰਡ? ਨਹੀਂ ਸਰ ਜੀ, ਉਹ ਤਾਂ ਸਾਡੇ ਬੈਨਰ ਫਟੇ ਤਾਂ ਲਾਇਆ ਇਹ। ਆਪਣੇ ਖਰਚੇ 'ਤੇ ਲਾਏ ਫਿਰ? ਨਹੀਂ ਨਹੀਂ, ਉਹਨਾਂ ਨੇ ਲਾਏ ਆ। ਹਾਂਜੀ, ਕੀ ਤੁਹਾਨੂੰ ਕੁਛ ਦਿੱਤਾ ਵੀ ਉਹਨਾਂ ਨੇ ਫਿਰ? ਨਹੀਂ, ਗੱਲ ਕਰ ਰਿਹਾ ਵੀ ਜਿਹੜੇ ਹੁਣ ਪੋਸਟਰ ਲੱਗੇ ਆ ਤਾਂ ਤੁਸੀਂ ਫਿਰ ਸਰਕਾਰ ਦਾ ਪ੍ਰਚਾਰ ਹੀ ਕਰਦੇ ਹੋ ਇੱਕ ਤਰੀਕੇ ਨਾਲ ਫ੍ਰੀ 'ਚ? ਸਾਰੇ ਅਸੀਂ ਤਾਂ ਲਾਇਆ ਨਹੀਂ ਹੈਗਾ, ਆਪ ਹੀ ਲਾਇਆ ਉਹਨਾਂ ਨੇ। ਅੱਛਾ, ਲਾ ਕੇ ਹੁਣ ਗੈਸ ਕਿਹੜੇ ਮਹਿਕਮੇ ਲਾਏ? ਪਤਾ ਨਹੀਂ, ਮੁੰਡੇ ਆ ਇਹ ਲੇਬਰ ਵਾਲੇ, ਉਹ ਹੀ ਲਾ ਗਏ ਆ। ਕੀ ਕਹਿੰਦੇ ਸੀ ਤੁਹਾਨੂੰ ਜੋ ਲਾਇਆ? ਤੁਹਾਨੂੰ ਪੁੱਛ ਕੇ ਲਾਇਆ ਉਹਨਾਂ ਨੇ? ਹਾਂਜੀ, ਕਹਿੰਦੇ ਬੈਨਰ ਲਾ ਦਿਆ ਸੀ, ਗੱਲ ਲਾ ਦਿਓ। ਹਾਂਜੀ, ਮਤਲਬ ਤੁਹਾਡਾ ਤੁਸੀਂ ਕਹਿੰਦੇ ਕੱਪੜਾ ਫਟਿਆ ਤਾਂ ਲਾਇਆ? ਹਾਂਜੀ। ਕਿੱਦਾਂ ਦੇਖਦੇ ਹੋ ਸਰਕਾਰ ਦਾ ਕੰਮ ਫਿਰ? ਚੰਨੀ ਸਾਹਿਬ ਕਹਿੰਦੇ ਬੜੇ ਕੰਮ ਕਰ ਦਿੱਤੇ, ਅਸੀਂ ਬੜਾ ਕੁਛ ਪ੍ਰਚਾਰ ਕਰ ਰਹੇ ਸਾਰੇ, ਇਹਦੇ ਹੁਣ ਸਾਨੂੰ ਤਾਂ ਪਤਾ ਨਹੀਂ, ਜੇ ਕਰਨਗੇ ਤਾਂ ਹੀ ਪਤਾ ਲੱਗੇਗਾ, ਇਹਦੇ ਰੋਡ ਦੇ ਧੱਕੇ ਖਾਣੇ ਪਏ ਆ। ਕਹਿੰਦੇ ਮੈਂ ਵੀ ਆਟੋ ਚਲਾਉਂਦਾ ਰਿਹਾ ਭਾਈ, ਕਹਿਣ ਦਾ ਸਾਰਾ ਵੀ ਕਹੀ ਜਾਂਦੇ ਪਏ ਆ। ਤੁਸੀਂ ਆਪ ਲਵਾਇਆ ਸੀ ਕਹਿ ਕੇ ਜਾਂ ਆਪ ਲਾ ਕੇ ਗਏ? ਨਹੀਂ, ਇਹ ਜਿਹੜਾ ਨਾ ਆਫਰ ਹੀ ਆਇਆ ਸੀ ਉਹਨਾਂ ਵੱਲੋਂ। ਹਾਂਜੀ, ਕੀ ਕਹਿੰਦੇ ਸੀਗੇ? ਉਹ ਕਹਿੰਦੇ ਸੀਗੇ ਜਿਹਨਾਂ ਦੀਆਂ ਗੱਡੀਆਂ ਦੇ ਨਾਲ ਪਰਦਾ ਲੱਗੇਗਾ ਉਹਨੂੰ ਰੋਕ ਟੋਕ ਨਹੀਂ ਹੋਏਗਾ, ਯਾਨੀ ਜ਼ਿਆਦਾ ਵੱਧ ਤੋਂ ਵੱਧ ਟੈਕਸ ਮਾਫ਼ ਹੋਣਗੇ। ਅੱਛਾ, ਹਾਂਜੀ ਹਾਂਜੀ, ਕੋਈ ਰੋਕ ਟੋਕ ਨਹੀਂ ਹੋਊਗੀ ਪਰਦੇ ਤੋਂ? ਹਾਂਜੀ ਹਾਂਜੀ ਸਰ, ਤੁਸੀਂ ਵੇਖ ਲਓ ਕਿ ਸਰਕਾਰ ਆਪਣਾ ਇਸ ਤਰੀਕੇ ਨਾਲ ਪ੍ਰਚਾਰ ਕਰ ਰਹੀ ਹੈ ਔਰ ਆਟੋ ਚਾਲਕਾਂ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਸੁਨੇਹਾ ਦਿੱਤਾ ਜਾ ਰਿਹਾ ਕਿ ਤੁਹਾਡੇ ਆਟੋਆਂ ਦੇ ਉੱਤੇ ਬੈਨਰ ਲੱਗੇ ਹੋਣਗੇ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਜਿਹੜੀ ਆ ਉਹ ਨਹੀਂ ਹੋਊਗੀ। ਸ਼ਹਿਰ ਜਲੰਧਰ ਵੱਡਾ ਔਰ ਲਗਭਗ ਅੱਧੇ ਆਟੋਆਂ ਦੇ ਉੱਤੇ ਅਜਿਹੇ ਜਿਹੜੇ ਪੋਸਟਰ ਲੱਗੇ ਨਜ਼ਰ। ਕੀ ਹਾਲ ਆ ਭਾਈ ਜੀ? ਅੱਛਾ, ਮੈਂ ਕਿਹਾ ਅੱਧੇ ਸ਼ਹਿਰ ਦੇ ਆਟੋਆਂ ਦੇ ਉੱਤੇ ਜਿਹੜੇ ਪੋਸਟਰ ਲੱਗੇ ਆ ਸਾਡਾ ਮੁੱਖ ਮੰਤਰੀ ਚੰਨੀ ਦੇ, ਤੁਸੀਂ ਨਹੀਂ ਲਵਾਇਆ, ਕੀ ਹੋਇਆ ਭਾਈ? ਬਸ ਇੱਦਾਂ ਹੀ ਨਹੀਂ ਲਗਵਾਇਆ, ਕੋਈ ਇੱਦਾਂ ਦੀ ਇਸ਼ੂ ਨਹੀਂ, ਕੋਈ ਗੱਲ ਨਹੀਂ, ਵੈਸੇ ਨਹੀਂ ਲਵਾਇਆ। ਉਹਨਾਂ ਦੇ ਕਿੱਦਾਂ ਲੱਗੇ ਆ, ਕੋਈ ਮਤਲਬ ਪਾਰਟੀ ਲਾ ਕੇ ਗਈ ਜਾਂ ਕਿਵੇਂ ਲਾ ਕੇ? ਫ੍ਰੀ ਲੱਗੇ ਆ ਭਾਈ, ਪੈਸਾ ਨਹੀਂ ਲਿਆ ਭਾਈ। ਉਹਨਾਂ ਨੂੰ ਮਿਲਦੇ ਆ? ਉਹਨਾਂ ਨੂੰ ਪਤਾ ਨਹੀਂ ਜੀ, ਬਾਕੀ ਐਡ ਕਰਦੇ ਪਏ ਆਪਣੀ ਉਹ। ਹਾਂਜੀ, ਤੁਹਾਡੇ ਆਟੋ ਦੇ ਨਹੀਂ ਆਇਆ ਸੀ ਲਾਉਣ ਵਾਸਤੇ? ਆਪਾਂ ਭਾਈ ਲਾਈਨ 'ਚ ਲੱਗੇ ਨਹੀਂ, ਆਪਾਂ ਲਗਵਾਇਆ ਨਹੀਂ। ਕਿੰਨੇ ਕੁ ਹੋਣਗੇ ਸ਼ਹਿਰ 'ਚ ਆਟੋ ਜਿਹਨਾਂ ਦੇ ਇੱਦਾਂ ਦੇ ਲੱਗੇ ਆ ਪੋਸਟਰ ਵਗੈਰਾ? ਮੇਰੇ ਖਿਆਲ ਜੀ ਅੱਧਿਆਂ ਦੇ ਉੱਤੇ ਤਾਂ ਲੱਗੇ ਆ ਅਤੇ ਅੱਧੇ ਕ ਇੱਦਾਂ ਹੀ ਆ ਜਿਹਨਾਂ 'ਤੇ ਨਹੀਂ ਲੱਗੇ।
ਗਿਣਤੀ ਕਿੰਨੀ ਹੋਊਗੀ ਤੁਹਾਡਾ? 1,000, 2,000, 3,000? ਨਹੀਂ ਨਹੀਂ ਜ਼ਿਆਦਾ ਹੋਣੇ ਆ ਜੀ, ਗਿਣਤੀ ਤਕਰੀਬਨ 15,000 ਕਰੀਬ ਹੋਣੇ ਆ। ਹਾਂ ਲੱਗੇ ਹੋਣਗੇ ਇੰਨੇ। ਹਾਂਜੀ ਹਾਂਜੀ। ਮੈਨੂੰ ਕੋਈ ਲਾਉਣ ਵਾਲਾ ਹੀ ਨਹੀਂ ਮਿਲਿਆ, ਮੈਂ ਵੀ ਲਵਾ ਲੈਣਾ ਸੀ, ਮੇਰਾ ਸਗੋਂ ਫਟਿਆ ਸੀ ਤੇ ਮੈਨੂੰ ਕੋਈ ਮਿਲਿਆ ਹੀ ਨਹੀਂ। ਪੋਸਟਰ ਲੱਗੀ ਆ ਸਾਡਾ ਮੁੱਖ ਮੰਤਰੀ ਚੰਨੀ ਸਰਕਾਰ ਦੇ, ਜਿਹੜੇ ਮਸ਼ਹੂਰੀ ਤੁਸੀਂ ਕਰ ਰਹੇ ਹੋ, ਇਹ ਕਿਵੇਂ ਲੱਗੇ ਪੋਸਟਰ, ਕੀ ਹੈ ਅਸਲੀਅਤ ਕੀ ਹੈ? ਅਸਲੀਅਤ ਭਾਈ ਸਾਡੇ ਕੋਲ 2-3 ਹਜ਼ਾਰ ਰੁਪਏ ਦਾ ਹੈ ਹੀ ਨਹੀਂ, ਪੈਸੇ ਹੀ ਨਹੀਂ ਹੈਗੇ। ਹੁਣ ਇਹਨਾਂ ਨੇ ਫ੍ਰੀ ਆ ਸਾਨੂੰ ਛੱਤਾਂ ਲਵਾ ਤੀਆਂ ਚੰਨੀ ਸਰਕਾਰ ਨੇ। ਤੁਸੀਂ ਮਸ਼ਹੂਰੀ ਕਰ ਰਹੇ ਹੋ, ਉਹਦਾ ਕੁਛ ਮਿਲ ਰਿਹਾ ਤੁਹਾਨੂੰ? ਨਹੀਂ ਉਹਨਾਂ ਦਾ ਕੁਛ ਨਹੀਂ ਮਿਲਦਾ ਪਿਆ ਜੀ, ਸਾਡੀ ਛੱਤਾਂ ਹੀ ਪਈਆਂ ਬਸ, ਹੋਰ ਜੀ ਸਾਡੇ ਫਾਟੇ ਪਏ ਸੀ ਸਾਰਾ ਕੁਛ ਵੀ। ਨਵਾਂ ਲੈਣ ਜਾਓ 3,000 ਦਾ 2,500 ਦਾ। ਸੁਣ ਲਿਆ ਤੁਸੀਂ ਆਟੋ ਚਾਲਕਾਂ ਦੀ ਜ਼ੁਬਾਨੀ ਕਿ ਉਹ ਆਟੋ ਜਿਨ੍ਹਾਂ ਦੇ ਪਰਦੇ ਫਟੇ ਹੋਏ ਸਨ ਉਹਨਾਂ ਦੀ ਮਜ਼ਬੂਰੀ ਦਾ ਫਾਇਦਾ ਚੱਕ ਕੇ ਸਰਕਾਰ ਦੇ ਵੱਲੋਂ ਆਪਣੀ ਮਸ਼ਹੂਰੀ ਕੀਤੀ ਜਾ ਰਹੀ ਹੈ, ਤਾਂ ਇਸ ਗੱਲ ਦੇ ਵਿੱਚ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਹੈ ਕਿ ਆਟੋ ਚਾਲਕਾਂ ਦੀ ਮਜ਼ਬੂਰੀ ਸਰਕਾਰ ਦੀ ਮਸ਼ਹੂਰੀ ਬਣੀ ਹੋਈ ਹੈ ਜਲੰਧਰ ਦੇ ਸ਼ਹਿਰ ਦੇ ਵਿੱਚ। ਕੈਮਰਾ ਪਰਸਨ ਜਗਰੂਪ ਦੇ ਨਾਲ ਪਤਰਾ ਸਿੰਘ ਸੀ, PTC ਨਿਊਜ਼ ਜਲੰਧਰ।